ਜੀ, ਤਰਫਲਿਆਂ ਦੀ ਗੱਲ ਆਪਾਂ ਕਰਤੀ, ਲੋਕਾਂ ਨੂੰ ਕਈ ਬਿਮਾਰੀਆਂ ਦਾ ਜਿਹੜਾ ਛੁਟਕਾਰਾ ਪਾਤਾ, ਪਰ ਜਿਹੜੇ ਗੋਡਿਆਂ ਦੇ ਵਿੱਚੋਂ ਗਰੀਸ ਖਤਮ ਹੋਣ ਦੀ ਗੱਲ ਆ, ਤੁਸੀਂ ਤਾਂ ਕਹਿੰਦੇ ਵੀ ਖਤਮ ਹੁੰਦੀ ਨਹੀਂ, ਮੰਨ ਲਓ ਜੇ ਘਟਣਾ ਵੀ ਸ਼ੁਰੂ ਹੋ ਜਾਂਦਾ, ਉਹਦਾ ਇਲਾਜ ਕੀ ਆ? ਫਿਰ ਤੁਹਾਡੇ ਕੋਲ ਇੱਕ ਕਹਿੰਦੇ ਜਾਦੂ ਆ ਕਾਲਾ ਗੂੰਦ, ਉਹਦੇ ਬਾਰੇ ਚੱਲਣਾ ਪਾ? ਨਹੀਂ, ਉਹ ਵਾਕਈ ਜਾਦੂ ਹੈ ਜੀ, ਉਹ ਜਾਦੂ ਸਿਰ ਚੜ ਕੇ ਵੀ ਬੋਲਿਆ, ਕਹਿੰਦੇ ਨੇ ਜਾਦੂ ਉਹੀ ਹੈ ਜਿਹੜਾ ਸਿਰ ਚੜ ਚੜ ਕੇ ਬੋਲੇ, ਉਹ ਉਹਨੇ ਵਾਕਈ ਗੱਲ ਕੀਤੀ ਆ, ਲੋਕਾਂ ਨੂੰ ਸਮਝਾਇਆ ਇਹ ਕੀ ਹੈ ਜੀ ਕਾਲਾ ਗੂੰਦ। ਜਿਵੇਂ ਹੁਣ ਮੰਨ ਲਓ ਗੋਡਿਆਂ ਦੇ ਵਿੱਚ ਗੈਪ ਹੈ ਜਾਂ ਇਹ ਇਹ ਮੁੱਕਦਾ ਕੁਛ ਨਹੀਂ, ਸੁੱਕਦਾ ਹੀ ਆ, ਜਦੋਂ ਇਹ ਸੁੱਕ ਜਾਂਦਾ ਨਾ, ਉਹਦੇ ਵਾਸਤੇ ਅਸੀਂ ਕਹਿੰਦੇ ਹਾਂ ਕਿ ਸਾਡਾ ਨਾ ਇੱਕ ਕਾਲੇ ਗੂੰਦ ਤੋਂ ਤੇਲ ਆਉਂਦਾ ਜੀ, ਇੱਕ ਤਾਂ ਕੇਸਰ ਵਾਲਾ ਤੇਲ ਆ, ਜਿਹਨਾਂ ਦੀ ਜ਼ਿਆਦਾ ਪ੍ਰੋਬਲਮ ਹੁੰਦੀ ਆ ਗੋਡਿਆਂ 'ਤੇ, ਸੋਜਾ ਬਹੁਤ ਚੜਿਆ ਹੁੰਦਾ, ਗੋਡੇ ਮੋਟੇ ਹੋਏ ਪਏ ਹੁੰਦੇ ਆ, ਲੱਤਾਂ ਵਾਹਾਂ ਮੋਟੀਆਂ ਹੋ ਜਾਂਦੀਆਂ, ਉਹਨਾਂ ਨੂੰ ਅਸੀਂ ਕੇਸਰ ਵਾਲਾ ਤੇਲ ਦਿੰਦੇ ਹਾਂ। ਔਰ ਇਹਨੂੰ ਅਸੀਂ ਬਹੁਤ ਸੋਹਣੀ ਬੋਤਲ ਵੀ ਇਸ ਲਈ ਲਾਈ ਆ ਕਿ ਇਹ ਨਾ ਇਹ ਖਰਾਬ ਨਾ ਹੋਵੇ, ਕਈ ਲੋਕਾਂ ਦਾ ਡੁੱਲ ਜਾਂਦਾ ਇਹਨੂੰ, ਜਿਵੇਂ ਇੱਦਾਂ ਲੌਕ ਲਿਆ ਅਤੇ ਇੱਦਾਂ ਖੁੱਲੂਗਾ ਅਤੇ ਲੌਕ ਲਗਾ ਦਿਉ, ਇਹ ਆਮ ਨਹੀਂ ਡੁੱਲਦਾ, ਨਹੀਂ ਉਨਾ ਹੀ ਕੱਢਣਾ ਜਿੰਨਾ ਲਾਉਣਾ, ਵੇਸਟ ਨਹੀਂ ਹੁੰਦਾ। ਇਹ ਜਿਹੜਾ ਕਾਲਾ ਗੂੰਦ ਵਿਦ ਕੇਸਰ ਤੇਲ ਆ, ਇਹ ਲਾਉਣ ਦੇ ਨਾਲ ਹੀ ਜਿੰਨਾ ਤੇਲ ਮਲੋਗੇ, ਦਿਨ 'ਚ ਇੱਕ ਵਾਰੀ ਮਲ ਲਓ, ਦੋ ਵਾਰੀ ਮਲ ਲਓ, ਜਿੰਨਾ ਆਪਾਂ ਤੇਲ ਮਲਾਂਗੇ ਉਨੀ ਜਲਦੀ ਫਾਇਦਾ ਹੁੰਦਾ। ਔਰ ਦੂਜੀ ਗੱਲ, ਇਹਦੇ 'ਚ ਅਸੀਂ ਇੱਕ ਕਰੀਮ ਦਿੱਤੀ ਆ, ਇਹ ਜਿਹੜੀ ਆ ਨਾ ਜੀ, ਇਹ ਰਾਤ ਨੂੰ ਐਂ ਮੱਕੀ ਦੇ ਦਾਣੇ ਜਿੰਨੀ ਕੁ ਲੈ ਕੇ ਆਏ ਗੋਡੇ 'ਤੇ ਲਾ ਕੇ ਆਏ, ਹੌਲੀ ਹੌਲੀ ਮਲਣੀ ਆ ਅਤੇ ਥੱਲੇ ਗੋਡੇ ਦੀ ਖੁੱਚ ਜਿਹੜੀ ਹੁੰਦੀ ਆ ਉੱਥੇ ਵੀ ਲਾਉਣੀ ਆ, ਇਹਨੂੰ ਲੱਤਾਂ 'ਤੇ ਨਹੀਂ ਮਲਣਾ, ਕਿਉਂਕਿ ਇਹ ਥੋੜ੍ਹੀ ਜਿਹੀ ਲੜਦੀ ਆ, ਅਤੇ ਜਦੋਂ ਇਹਨੂੰ ਲਾਉਂਦੇ ਆ ਇਹ ਨਾ ਜੀ, ਉਹ ਜਿਹੜਾ ਫਲਿਊਡ ਆ ਉਹਦੇ ਵਿੱਚ, ਜਿਹਨੂੰ ਤੁਸੀਂ ਆਮ ਲੋਕ ਸਾਰੇ ਗਰੀਸ ਕਹਿੰਦੇ ਆ, ਇਹ ਉਹਨੂੰ ਮੈਲਟ ਕਰਨਾ ਸ਼ੁਰੂ ਕਰ ਦਿੰਦੀ ਹੈ। ਰਾਤ ਨੂੰ ਤੁਸੀਂ ਪਏ ਹੋ, ਸਵੇਰੇ ਜਾਂ ਤੁਸੀਂ ਉੱਠਦੇ ਹੋ, ਤੁਹਾਨੂੰ ਜ਼ਮੀਨ ਅਸਮਾਨ ਦਾ, ਕਿਉਂਕਿ ਇੱਕ ਜਿਹੜਾ ਇਨਸਾਨ ਹੈ ਨਾ, ਸਰੀਰ ਹੈ ਜਿਹੜਾ, ਇਸ ਤੋਂ ਵੱਡੀ ਲੈਬੋਰਟਰੀ ਕੋਈ ਨਹੀਂ, ਉਹਨੂੰ ਸਵੇਰੇ ਪਤਾ ਲੱਗ ਜਾਂਦਾ ਵੀ ਅੱਜ ਗੋਡੇ 'ਚ ਫਰਕ ਹੈ ਜੀ। ਉਹ ਜਿਹੜਾ ਫਰਕ ਹੁੰਦਾ ਨਾ ਜੀ, ਉਹ ਬਹੁਤ ਵੱਡਾ ਫਰਕ ਹੁੰਦਾ, ਔਰ ਉਹ ਹੌਲੀ ਹੌਲੀ, ਜਿਵੇਂ ਪਹਿਲੇ ਮਹੀਨੇ 'ਚ 10 ਪੈਸੇ ਫਾਇਦਾ ਹੋ ਗਿਆ, ਅਗਲੇ ਮਹੀਨੇ 'ਚ 20-25 ਪੈਸੇ ਫਾਇਦਾ ਹੋ ਗਿਆ, 3 ਮਹੀਨੇ 'ਚ ਆਪਣਾ ਪੇਸ਼ੈਂਟ ਜਿਹੜਾ ਹੈਗਾ ਉਹਨੂੰ ਤਕਰੀਬਨ 30-40 ਪੈਸੇ ਫਾਇਦਾ ਹੁੰਦਾ। ਔਰ ਇੱਕ ਗੱਲ ਹੋਰ ਮੈਂ ਦੱਸ ਦਿੰਦਾ ਤੁਹਾਨੂੰ ਤੁਹਾਡੇ ਚੈਨਲ 'ਤੇ ਕਿ ਇਹਦੇ 'ਚ ਕਾਲਾ ਗੂੰਦ ਕੈਪਸੂਲ ਵੀ ਦਿੱਤਾ ਜਾਂਦਾ, ਔਰ ਇੱਕ ਇਹਦੇ ਵਿੱਚ ਅਸੀਂ ਸਕਾਈ ਅੰਮ੍ਰਿਤ ਕੈਪਸੂਲ ਦੇਣਾ ਸ਼ੁਰੂ ਕੀਤਾ। ਔਰ ਇੱਕ ਨਾ ਬਹੁਤ ਵੱਡੀ ਚੀਜ਼ ਬਣ ਗਈ, ਉਹ ਬਣ ਗਈ ਬਾਈ ਚਾਂਸ, ਜਿਵੇਂ ਗੋਡਿਆਂ ਦਾ ਪੇਸ਼ੈਂਟ ਆਉਂਦਾ ਕਦੇ ਮਾੜਾ ਮਾੜਾ ਕੰਪਲੇਂਟ ਕਰਦਾ ਰਹਿੰਦਾ ਵੀ ਗੁਲ ਸਾਹਿਬ ਫਰਕ ਤਾਂ ਪੈ ਗਿਆ, ਜਿਹੜੀ ਉਮੀਦ ਕਰਕੇ ਆਏ ਸੀ ਜਿਵੇਂ ਤੁਸੀਂ ਬੜਕਾ ਮਾਰੀ ਜਾਂਦੇ ਹੋ, ਉਵੇਂ ਦੀ ਗੱਲ ਨਹੀਂ ਬਣੀ। ਅਤੇ ਦੇਖੋ ਉਹ ਵੀ ਧਿਆਨ ਰੱਖਣਾ ਪੈਂਦਾ, ਕਿਉਂਕਿ ਸਾਰੇ ਸਾਡੇ ਭੈਣ ਭਰਾ ਨੇ, ਮਾਤਾ ਪਿਤਾ ਵਰਗੇ ਨੇ, ਅਤੇ ਉਹਨਾਂ ਵਾਸਤੇ ਨਾ ਜੀ ਫਿਰ ਅਸੀਂ ਇੱਕ ਇੱਕ ਐਸੀ ਮੈਡੀਸਨ ਦਾ ਨਿਰਮਾਣ ਕੀਤਾ ਜਿਹੜੀ ਮਤਲਬ ਕਿ ਗੋਡਿਆਂ ਨੂੰ ਤੁਰੰਤ ਰਿਲੀਫ ਦਿੰਦੀ ਆ। ਤੁਹਾਡੇ ਜਿੰਨੇ ਬਾਡੀ 'ਚ ਜੋੜ ਹੈ, 360 ਤਰ੍ਹਾਂ ਦੇ ਜੋੜ ਹੈ, ਹਰ ਜੋੜ ਨੂੰ ਮਤਲਬ ਉਹਨੇ ਤਾਕਤ ਦੇਣੀ ਆ, ਕਿਉਂਕਿ ਅੱਜ ਕੱਲ੍ਹ ਖੜਕੀਆਂ ਪਈਆਂ ਨੇ ਹੱਡੀਆਂ, ਜਿਵੇਂ ਕੋਈ ਵੀ ਹੱਡੀ ਲੈ ਲਓ ਤੁਸੀਂ, ਹਰ ਹੱਡੀ ਦੇ ਵਿੱਚ ਕਮਜ਼ੋਰੀ ਆ, ਤਾਂ ਉਹਦੇ ਵਾਸਤੇ ਫਿਰ ਇੱਕ ਜੋੜ ਗਜ ਕੇਸਰੀ, ਮਤਲਬ ਜਿਹੜਾ ਜੋੜ ਨੂੰ ਗਜ ਦੀ ਤਰ੍ਹਾਂ, ਗਜ ਦਾ ਮਤਲਬ ਇਹ ਗਜ ਜਿਹੜਾ ਵਰਡ ਹੈ ਹਾਥੀ ਹੈ, ਗੱਜ ਨੂੰ ਹਾਥੀ ਕਿਹਾ ਗਿਆ, ਜੋੜ ਗੱਜ ਕੇਸਰੀ ਮਤਲਬ ਹਾਥੀ ਸਮਾਨ ਮਜ਼ਬੂਤ ਕਰ ਦਿੰਦਾ, ਸਟਰੋਂਗ ਕਰ ਦਿੰਦਾ, ਬਲਵਾਨ ਕਰ ਦਿੰਦਾ। ਇਹਨੂੰ ਜਦੋਂ ਅਸੀਂ ਨਾਲ ਨਾਲ ਦਿੰਦੇ ਹਾਂ, ਤਾਂ ਇਹ ਹੁਣ ਸ਼ੁਰੂ ਕੀਤਾ ਜੀ ਪਿੱਛੇ 2-3 ਮਹੀਨਿਆਂ ਤੋਂ 4 ਮਹੀਨਿਆਂ ਤੋਂ ਦੇਣਾ, ਕਿਉਂਕਿ ਅੱਗੇ ਠੰਡ ਆ ਰਹੀ ਸੀ। ਤਾਂ ਜਿਹੜੇ ਪੇਸ਼ੈਂਟ ਦਵਾਈ ਲੈ ਜਾਂਦੇ ਆ ਉਹ ਆ ਕੇ ਬਿਲਕੁਲ ਕਹਿੰਦੇ ਆ ਕਿ ਗੋਲ ਸਾਹਿਬ ਥੈਂਕ ਯੂ, ਬਹੁਤ ਫਰਕ ਪੈ ਰਿਹਾ, ਕਿਉਂਕਿ ਇਹ ਸਾਨੂੰ ਐਡ ਕਰਨਾ ਪਿਆ। ਇਹਦਾ ਨਾਮ ਹੈਗਾ ਜੋੜ ਗੱਜ ਕੇਸਰੀ ਕੈਪਸੂਲ, ਇਹ ਕੈਪਸੂਲ ਇੱਕ ਸਵੇਰੇ ਇੱਕ ਸ਼ਾਮ ਦੇਈਦਾ, ਬਹੁਤ ਸੋਹਣਾ ਇਹਦਾ ਰਿਜ਼ਲਟ, ਜਿਹੜੀ ਅਸੀਂ ਵੀ ਥੋੜ੍ਹੇ ਥੋੜ੍ਹੇ ਨਿਰਾਸ਼ ਰਹਿੰਦੇ ਸੀਗੇ ਵੀ ਪਤਾ ਨਹੀਂ ਸਾਡਾ ਪੇਸ਼ੈਂਟ ਅਸੀਂ ਜਿਵੇਂ ਕਹਿ ਰਹੇ ਹਾਂ ਠੀਕ ਹੋਊ ਕਿ ਨਹੀਂ ਹੋਊ, ਉਹ ਜਿਹੜੀ ਚੀਜ਼ ਆ ਉਹਦੇ 'ਤੇ ਜਿਵੇਂ ਸੋਨੇ ਦੇ ਉੱਤੇ ਸੁਹਾਗਾ ਹੁੰਦਾ, ਮੋਹਰ ਲਾ ਦਿੱਤੀ ਗਈ ਆ।
ਪੰਚਮ ਹਲਦੀ ਜਿਹੜੀ ਆ ਇਹ ਵੈਸੇ ਹੀ ਸਾਡੀ ਬੈਕ ਪੇਨ ਹੋ ਰਹੀ ਆ, ਨਰਵ ਸਿਸਟਮ ਕਮਜ਼ੋਰ ਹੈ, ਇਹ ਉਹਦੇ 'ਚ ਕੰਮ ਕਰਦੀ ਹੈ। ਇਹ ਪੂਰੀ ਅਸੀਂ ਇੱਕ ਕਿੱਟ ਜੀ ਬਣਾ ਕੇ ਲੋਕਾਂ ਨੂੰ ਦਿੱਤੀ ਹੋਈ ਹੈ। ਔਰ ਲੋਕ ਮਜ਼ਾ ਇਸ ਗੱਲ ਦਾ ਆਉਂਦਾ ਜਦੋਂ ਉਹ ਆ ਕੇ ਮੈਨੂੰ ਕਹਿੰਦੇ ਆ ਵੀ ਗੋਇਲ ਸਾਹਿਬ, ਮੈਂ ਉਹਨਾਂ ਨੂੰ ਪਰਚੀ ਫੜ ਕੇ ਜਦੋਂ ਪੁੱਛਦਾ ਨਾ ਬਾਹਰ ਵੀ ਸਾਡੇ ਵੈਦ ਜੀ ਪੁੱਛਣਗੇ ਤੁਹਾਨੂੰ ਵੀ ਇਹਦੇ ਵਿੱਚ ਜਿਹੜੀਆਂ ਦਵਾਈਆਂ ਨੇ ਉਹ ਕਿਹੜੀ ਕਿਹੜੀ ਪਈ ਹੈ ਤੁਹਾਡੇ ਕੋਲ, ਉਹ ਕਹਿਣਗੇ ਜੀ ਤਕਰੀਬਨ ਸਾਰੀਆਂ ਹੀ ਖਤਮ ਨੇ। ਮਤਲਬ ਐਂ ਲੱਗਦਾ ਵੀ ਉਹ ਆਪਣੀ ਦਵਾਈ ਖਾਂਦੇ ਨੇ, ਘਰੇ ਲਿਜਾ ਕੇ ਕਣਸ ਤੇ ਨਹੀਂ ਰੱਖਦੀ, ਫਰਿੱਜ ਤੇ ਨਹੀਂ ਚੜਾਦੀ ਵੀ ਇੱਥੇ ਪਈ ਰਹਿਣ ਦਿਓ। ਵੀ ਦਵਾਈ ਬੰਦਾ ਉਦੋਂ ਹੀ ਖਾਂਦਾ ਜੀ ਲਗਾਤਾਰ, ਚਾਹੇ ਤੁਸੀਂ ਹੋ ਚਾਹੇ ਮੈਂ ਹਾਂ। ਕੋਈ ਵੀ ਦਵਾਈ ਆਪਾਂ ਜੇ ਮਹੀਨੇ ਦੀ ਲੈ ਵੀ ਆਏ ਆਪਾਂ ਉਦੋਂ ਹੀ ਖਾਵਾਂਗੇ, ਜਿਵੇਂ ਪਹਿਲੇ ਦਿਨ ਖਾਧੀ ਕੁਛ ਫਾਇਦਾ ਹੋਇਆ, ਫਿਰ ਦੂਜੇ ਦਿਨ ਖਾਧੀ ਹੋਰ, ਫਿਰ ਬੰਦੇ ਦਾ ਇੰਟਰਸਟ ਬਣ ਜਾਂਦਾ ਵੀ ਇਹ ਮੈਨੂੰ ਬਚਾ ਲੂਗੀ। ਤਾਂ ਫਿਰ ਬੜਾ ਆਨੰਦ ਆਉਂਦਾ ਜਦੋਂ ਪੇਸ਼ੈਂਟ ਆ ਕੇ ਕਹਿੰਦਾ ਵੀ ਗੋਇਲ ਸਾਹਿਬ ਆਹ ਵੀ ਸ਼ੀਸ਼ੀ ਖਾਲੀ ਹੈ, ਦੋ ਕੁ ਗੋਲੀਆਂ ਰਹਿ ਗਈਆਂ, ਇਹ 'ਚ ਇੱਕ ਕੈਪਸੂਲ ਪਿਆ, ਦੋ ਦਿਨ ਪਹਿਲਾਂ ਆ ਗਏ ਸੀ, ਕਰੀਮ ਜ਼ਰੂਰ ਥੋੜ੍ਹੀ ਜਿਹੀ ਜ਼ਿਆਦਾ ਪਈ ਹੈ, ਇਹ ਭਾਵੇਂ ਮਹੀਨਾ ਚੱਲ ਜਾਵੇ, ਮੈਂ ਕਹਿੰਦਾ ਇਹਨੂੰ ਰਹਿਣ ਦਿਓ ਅੱਜ, ਅਗਲੀ ਵਾਰ ਲੈ ਲਿਓ, ਹੈ ਨਾ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਟਾਈਮ ਟੂ ਟਾਈਮ ਪੇਸ਼ੈਂਟ ਨੂੰ ਜੋੜਾਂ ਦੇ ਦਰਦ ਤੋਂ, ਗੋਡਿਆਂ ਦੇ ਗੈਪ ਤੋਂ, ਗੋਡਿਆਂ ਦੇ ਓਪਰੇਸ਼ਨ ਤੋਂ ਬਚਾਉਣ ਦੇ ਵਿੱਚ ਸਫਲ ਹੋਈਆਂ ਨੇ ਜੀ।